ਸ਼ਾਮ ਸੁੰਦਰ ਰੋੜੇ ਨੂੰ ਮੈਂ ਕਿਹਾ ਸੀ 1 ਕਰੋੜ ਰੁਪਏ ਲੈ ਕੇ ਵਿਜੀਲੈਂਸ ਦੇ ਕੋਲ ਆ ਜਾ। ਉਹਨਾਂ ਦੇ ਘਰਾਂ ਦੇ ਵਿੱਚੋਂ ਜਿਹੜੀਆਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਮਿਲਦੀਆਂ ਨੇ, ਠੀਕ ਹੈ ਨਾ, ਜੇ ਉਹ ਸਹੀ ਹੋਣਗੇ ਤਾਂ ਅਦਾਲਤ ਜਿਹੜੀ ਆ ਉਹਨਾਂ ਨੂੰ ਕਲੀਅਰ ਕਰ ਦੂਗੀ। ਇਹ ਜਾਣ ਤੋਂ ਪਹਿਲਾਂ ਹੀ ਕਿਉਂ ਕਹਿਣ ਲੱਗ ਜਾਂਦੇ ਨੇ ਭਗਵਾਨ ਤਮਾਨ ਐਂ ਕਰਦੇ ਕਰ। ਮੈਂ ਤਾਂ ਮੈਂ ਕੋਈ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦਾ, ਠੀਕ ਹੈ ਨਾ। ਅਤੇ ਮੈਂ ਤਾਂ ਇਹੀ ਕਹਿਣਾ ਕਿ ਜਿਹਨੇ ਪੰਜਾਬ ਦਾ ਪੈਸਾ ਖਾਧਾ, ਮੈਂ ਕੋਰਟ ਉਹਦੇ ਵਿਧਾਨ ਸਭਾ 'ਚ ਵੀ ਇਹੀ ਗੱਲ ਕਹੀ, ਜਿਹਨੇ ਪੰਜਾਬ ਦਾ ਪੈਸਾ ਖਾਧਾ ਭਾਵੇਂ ਉਹ ਸੱਤਾ ਤੋਂ ਬਾਹਰ ਹੋ ਗਿਆ, ਭਾਵੇਂ ਉਹ ਸੱਤਾ ਦੇ ਵਿੱਚ ਹੈ, ਸਾਡੇ ਵਾਲੇ ਵੀ ਨੇ ਵਿੱਚ ਜੇ, ਠੀਕ ਹੈ ਨਾ, ਤਾਂ ਉਹ ਬਖਸ਼ੇ ਨਹੀਂ ਜਾਊਗਾ। ਅਤੇ ਫਿਰ ਇਹਦੇ 'ਚ ਇਹ 'ਚ ਗੋਲਡੀ ਨੂੰ ਉੱਥੇ ਜਾਣ 'ਚ ਹਾ ਕੀ ਅਰਜ ਹੈ, ਜਾਇਆ ਹੋਵੇ ਅਤੇ ਨਾਲੇ ਮੁੱਖ ਮੰਤਰੀ ਦੇ ਖਿਲਾਫ਼ ਨਹੀਂ, ਮੁੱਖ ਮੰਤਰੀ ਖੁੱਲ੍ਹੀ ਕਿਤਾਬ ਦਾ ਪਤਾ ਲੱਗ ਜਾਂਦਾ ਹੁੰਦਾ ਜੀ, ਕਿਹੜੇ ਕਿਹੜੇ ਵਰਕੇ ਪਿੱਛੋਂ ਪਾਟੇ ਹੋਏ ਨੇ, ਠੀਕ ਹੈ ਨਾ। ਮੁੱਖ ਮੰਤਰੀ ਦੇ ਖਿਲਾਫ਼ ਲੜਨ ਦਾ ਮਤਲਬ ਇਹ ਥੋੜ੍ਹੀ ਕਿ ਪਰਚੇ ਹੋਣਗੇ। ਅਤੇ ਮੈਂ ਸੁਖਦੇਵ ਸਿੰਘ ਢੀਂਡਸਾ ਦੇ ਖਿਲਾਫ਼ ਲੜਿਆ, ਮੈਂ ਕੇਵਲ ਸਿੰਘ ਢਿੱਲੋਂ ਦੇ ਖਿਲਾਫ਼ ਲੜਿਆ, ਮੈਂ ਬਿਜਿੰਦਰ ਸਿੰਘ ਦੇ ਖਿਲਾਫ਼ ਲੜਿਆ, ਅਤੇ ਮੇਰੇ 'ਤੇ ਵੀ ਲੱਭਿਆ ਹੋਣਾ ਇਹਨਾਂ ਨੇ ਕੁਛ। 2 ਸਰਕਾਰਾਂ 'ਚ MP ਰਿਹਾ ਮੈਂ, 14 ਤੋਂ 17 ਅਕਾਲੀ ਦਲ ਦੀ ਸੀ, 17 ਤੋਂ ਭਾਈ ਇਹਨਾਂ ਦੀ ਸੀ, ਫਿਰ ਮੇਰੇ ਵਿਰੁੱਧ ਨਾ ਕੁਛ ਲੱਭ ਲਿਆ ਇਹਨਾਂ ਨੇ। ਸੋ ਜੇ ਧੂੰਆਂ ਹੈਗਾ ਤਾਂ ਅੱਗ ਹੋਊਗੀ ਕਿਤੇ ਨਾ ਕਿਤੇ, ਪਰ ਹਾਂ ਬਿਲਕੁਲ ਪਾਰਦਰਸ਼ਤਾ ਨਾਲ ਜਾਂਚ ਹੋਊਗੀ। ਮੈਨੂੰ ਕਿਸੇ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰਨ ਦੀ ਕੋਈ ਲੋੜ ਨਹੀਂ, ਵਿਜੀਲੈਂਸ ਆਪਣਾ ਕੰਮ ਕਰ ਰਹੀ ਹੈ।